ਸ਼ਰਾਦਾਂ ਦੇ ਦਿਨ ਸਨ ਨੌਵੇਂ ਸ਼ਰਾਦ ਸੇਲ ਬਰਦਾ ਮੀਲਾ ਭਰਦਾ ਭਾਈ ਬੈਲੋ ਦੀ ਜਾਦ ਵਿੱਚ ਗੁਰਦੁਆਰੇ ਦੀ ਸ਼ਾਨ ਨੂੰ ਚਾਰ ਚੰਦ ਲੱਗ ਜਾਂਦੇ ਅਖੰਡ ਪਾਠ ਦਾ ਭੋਗ ਪਾਇਆ ਜਾਂਦਾ ਕੀਰਤਨ ਦਰਬਾਰ ਹੁੰਦਾ ਕਬਿਸ਼ਰੀ ਜਥੇ ਆਪਣਾ ਜੋਰ ਦਿਖਾਉਂਦੇ ਢਾਡੀ ਸਿੰਘ ਸੀ ਦਾਂ ਦੀਆਂ ਵਾਰਾਂ गा ਕੇ ਰੰਗ ਬਨ ਦਿੰਦੇ ਦੁਪਹਿਰ ਵੇਲੇ ਹੀ ਦੁਕਾਨਾਂ ਸਜ ਜਾਂਦੀਆਂ ਲੱਡੂ ਜਲੇਬੀਆਂ ਤੇ ਪਕੌੜੇ ਪਤਾਸੇ ਖੰਡ ਖੇਡ ਨੇ ਕਿਧਰੇ ਕੋਈ ਚੂੜੀਆਂ ਦੀ ਦੁਕਾਨ ਕਿਧਰੇ ਟੱਲੀਆਂ ਕੰਗੁਰੂ ਕੰਗਰਾਲਾਂ ਤੇ ਗਾਨੀਆਂ ਵੇਖਦੀਆਂ ਹਾਰ ਸ਼ਗਾਰ ਦਾ ਚਲਾਉ ਮਾਲ ਕਿਤੇ ਕੋਈ ਗੱਬਰੂ ਪਟ ਉਤੇ ਮੋਰ ਨਹੀਂ ਪਵਾ ਰਿਆ ਹੁੰਦਾ ਪਟਿਆਰਾਂ ਦੀ ਮੰਡਲੀ ਦੀ ਮੰਡਲੀ ਬੈਠ ਜਾਂਦੀ ਤੇ ਹੱਥਾਂ ਉਤੇ ਝੰਡ ਖਣਵਾਉਂਦੀਆਂ ਹੱਥਲ ਢੱਲਣ ਲੱਗਦੀ ਤਾਂ ਢੱਡ ਸਰੰਗੀ ਵੇਲੇ ਅਖਾੜਾ ਬਣ ਲੈਂਦੇ ਅਤੇ ਫਿਰ ਕੋਲ ਖੇੜ ਅਖਾੜੇ ਵੀ বাজਦੇ ਸਾਰਾ ਪਿੰਡ ਮੇਲਾ ਹੀ ਬਣ ਉੱਟਦਾ ਇੱਕ ਇੱਕ ਕਰ ਮੇਲਾ ਦੇਖਣ ਆਏ ਚਾਰ ਚਾਰ ਪੰਜ ਪੰਜ ਪਰੌਣੇ ਸ਼ਰਾਬਾਂ ਦੇ ਦੌਰ ਚੱਲਦੇ ਕਿਸੇ ਕਿਸੇ ਸਾਲ ਡਾਂਗ ਵੀ ਚੱਲ ਜਾਂਦੀ। ਤੋਂ ਏ ਟੜਿਆਂ ਵਿੱਚ ਫੱਟ ਖੁੱਲ ਜਾਂਦੇ। ਕੋਈ ਪਤਾ ਨਾ ਲੱਗਦਾ ਕਿਦੇ ਕਿੰਨੇ ਲੱਗੇ। ਇਕੱਠ ਦੇ ਭਰੇ ਸਮੁੰਦਰ ਵਿੱਚ ਅਨੇਕਾਂ ਦਲ ਇੱਕ ਦੂਜੇ ਦੀ ਤਾਂਗ ਵਿੱਚ ਭਿੱਜ ਜਾਂਦੇ। ਕੋਈ ਜੋੜਾ ਕਿਧਰੇ ਇੱਕ ਨਜ਼ਰ ਸਾਂਝੀ ਕਰ ਜਾਂਦਾ ਤਾਂ ਉਹਨਾਂ ਦੇ ਪੈਰਾਂ ਥੱਲੇ ਗੈਬੀ ਨਸ਼ੇ ਦੀ ਅੱਗ ਮੱਚ ਲੜਦੀ। ਆਲੇ-ਦੁਆਲੇ ਦੇ ਸਾਰੇ ਪਿੰਡ ਮੇਲਾ ਦੇਖਣ ਆਏ ਹੁੰਦੇ। ਇੱਕ ਪਾਸੇ ਤੋਂ ਦੁੱਲੇਵਾਲ ਦਿਹਾਲਪੁਰਾ ਛੰਨਾ ਗੁਲਾਬ ਸਿੰਘ ਟਪਾਲੀ ਤਿੰਗੜ ਕੱਡਾ ਬੰਨਾ ਤੇ ਭੈਰੂਪਾ ਦੂਜੇ ਪਾਸਿਓਂ ਜਲਾਲ ਗੁੰਮਟੀ ਤੋਂ ਲੈ ਕੇ ਕੋਠੇ ਕੜਕ ਸਿੰਘ ਬੁਰਜ ਗਿਲਾ ਹਰਨਾਮ ਸਿੰਘ ਵਾਲਾ ਕਾ ਲੋਕੇ ਸਦਾਣੀਆਂ ਤੱਕ ਦੇ ਲੋਕ ਕੋਠੇ ਕੜਕ ਸਿੰਘ ਦੇ ਸਭ ਲੋਕ ਮੇਲੇ ਤੋਂ ਵਾਪਸ ਆ ਚੁੱਕੇ ਹਨ ਕੰਧਾਂ ਦੇ ਪਰਛਾਵੇਂ ਲੰਮੇ ਹੋਏ ਤੇ ਫਿਰ ਅਸਮਾਨ ਤੋਂ ਹਨੇਰਾ ਉਤਰ ਲੱਗ ਪਿਆ ਹੁਣ ਤੱਕ ਮੇਲੇ ਵਿੱਚ ਕਿਸੇ ਨੇ ਕੀ ਕਰਨਾ ਸੀ ਕਹਿਰ ਸਿੰਘ ਦਾ ਗਿੱਧਰ ਸਿੰਘ ਤਾਂ ਕਦੋਂ ਦਾ ਵਾਪਸ ਆ ਗਿਆ ਸੀ ਉਹ ਤਾਂ ਕੱਲਾ ਹੀ ਬਸ ਪਿਛਲੇ ਪਹਿਰੇ ਜੇ ਗਿਆ ਸੀ ਦੂਰੋਂ ਖੜੇ ਨੇ ਮੇਲੇ ਉੱਤੇ ਚਾਹ ਦੀ ਮਾਰੀ ਪੰਜ ਪੈਸਿਆਂ ਦੇ ਪਤਾਸੇ ਲਈ ਦੋ ਪਤਾਸੇ ਰੱਖ ਕੇ ਬੱਬੇ ਨੇ ਮੱਥਾ ਟੇਕਿਆ ਤੇ ਪਤਾਸਿਆਂ ਦਾ ਓਵੇਂ ਦਾਵੇਂ ਭਰੇ ਹਲਫਾਫਾ ਸਮੋਸੇ ਲੜ ਬਨ ਕੇ ਪਿੰਡ ਨੂੰ ਮੁੜ ਆਇਆ ਇੰਨੇ ਨਾਲ ਹੀ ਜਿਵੇਂ ਉਹਦਾ ਚਿੱਤ ਰਾਜੀ ਹੋ ਗਿਆ ਹੋਵੇ ਪਰ ਆ ਵਿੱਚੋਂ ਬੰਦੇ ਟੱਕਰਦੇ ਸਨ ਹਰ ਹੀ ਓਵੇਂ ਕੋਈ ਪੁੱਛਦਾ ਸੀ ਬੱਸ ਗਿੰਦਰਾ ਉਹ ਹੱਸ ਕੇ ਜਾਵ ਦਿੰਦਾ ਬੱਸ ਹੋਰ ਕੀ ਦੇਖ ਆਇਆ ਮੈਂ ਤਾਂ ਮੇਲੇ ਦਾ ਰੰਗ ਟੰਗ ਤੇ ਉਹ ਮੋੜ 'ਵਾਂ ਸਵਾਲ ਕਰਦਾ ਹੁਣ ਤੂੰ ਚੱਲ ਹੁਣ ਚੱਲੇ ਆ ਤੂੰ ਤੁਰਿਆ ਜਾਂਦਾ ਅਗਲਾ ਕਹਿੰਦਾ ਹੋਰ ਹੁਣ ਮੇਲਾ ਅਸਲੀ ਤਾਂ ਇਹੋ ਜਿਹੇ ਵੇਲੇ ਹੀ ਦੇਖਣ ਆਲਾ ਹੁੰਦਾ ਕਿਦਰ ਆਪਣੇ ਘਰ ਦੀ ਦੇਗਲੀ ਟਾਪਦਾ ਤੇ ਗਲੀ ਦੇ ਮੋੜ ਉੱਤੇ ਜਾ ਕੇ ਝਾਕਣ ਲੱਗਾ ਕੁਸਮੋਸੇ ਹਨੇਰੇ ਵਿੱਚ ਉਹਨੂੰ ਕੋਈ ਨਜ਼ਰ ਨਾ ਆਉਂਦਾ ਕਰ ਵਾਪਸ ਕਰ ਮੋੜ ਆਉਂਦਾ ਤੇ ਬਰਾਂਡੇ ਵਿੱਚ ਮੰਝੇ ਉੱਤੇ ਪਏ ਆਪਣੇ ਬਿਰਧ ਬਾਪ ਕੈਰ ਸਿੰਘ ਨਾਲ ਢੋਕ ਫੋਕੀਆਂ ਜਾਂ ਗੱਲਾਂ ਮਾਰ ਲੱਗਦਾ ਗਿੰਦਰਾ ਭਾਈ ਦੀ ਬਾਈ ਡੰਗਲਾ ਬਸਦਿਆਂ ਦਾ ਘਰ ਹੈ ਉਹ ਤਾਂ ਸੌਰੀ ਕੇਰ ਸਿੰਘ ਇੱਕ ਘੂਰਾ ਮਾਰ ਕੇ ਉਹਨੂੰ ਕਿਹਾ ਦੀਵਾ ਤਾਂ ਕਰ ਲੈਣਾ ਬਾਪੂ ਪਰ ਹੁਣ ਤਾਂ ਹੀ ਮੋੜੀ ਕਿਉਂ ਨਾ ਸਭ ਆ ਗਏ ਉਹ ਕਿਉਂ اٹਕ ਗਈ ਇੰਨਾ ਹਨੇਰਾ ਗਿੰਦਰਾ ਢਿੱਲਾ ਜਾ ਹੋ ਕੇ ਬਾਪੂ ਦੀਆਂ ਪੈਂਦਾ ਉੱਤੇ ਬੈਠ ਗਿਆ ਉਹਦਾ ਤਾਂ ਬਚੜਿਆ ਕੀ ਕਹਿ ਸਕਦੇ ਹੁਣ ਚੋਰ ਦੀ ਮਾਂ ਭਾਈ ਕੋਟ ਪਰ ਗਿੰਦਰ ਉਹਦੀ ਰਾਮ ਜਨਾ ਸਮਝਿਆ ਉਹਨੇ ਤਾਂ ਸੋਚਿਆ ਹੋਵੇਗਾ ਵੱਡੀ ਉਮਰ ਦਾ ਹੋਣ ਕਰਕੇ ਬੁੜਾਪਾ ਕੰਡ ਕਰਦਾ ਪਰ ਉਹ ਬੁੜੇ ਦੇ ਢਿੱਡ ਦੇ ਬਰਮ ਨੂੰ ਕੀ ਜਾਣਦਾ ਸੀ ਬੜਾ ਸਿਆਣਾ ਸੀ ਉਹਨੇ ਕੋਈ ਸਪਸ਼ਟ ਗੱਲ ਮੁੰਡੇ ਨੂੰ ਕਦੇ ਨਹੀਂ ਸੀ ਆਖੀ ਡਰਦਾ ਸੀ ਘਰ ਦਾ ਕਲੇਸ਼ ਕਿਤੇ ਪਟਕੇਗਾ ਨਾ ਪਾਇ ਕਿ ਇਹ ਬਹੁਤ ਗੱਲ ਬਾਤੀ ਹੀ ਸਮਝ ਜਾਵੇ ਬਹੁ ਕੋਲ ਇੰਜ ਇੰਜ ਪਖਾਣੇ ਜਿਹੇ ਪਾਉਂਦਾ ਰਹਿੰਦਾ ਆਪਣੀ ਜਾਨ ਵਿੱਚੋਂ ਸਿੱਖ ਮਤ ਦੇਣਾ ਦੇਖ ਭਾਈ ਹਰਨਾਮ ਕਰੇ ਪਤਹੁਣ ਤੂੰ ਤੂੰ ਹੀ ਘਰ ਦਾ ਬਾਨ ਐ ਗਿੱਦਰ ਦੀ ਮਾਂ ਮਰੀ ਨੂੰ 20 ਸਾਲ ਹੋ ਗਏ ਐਡਾ ਕੁਸੀ ਇਹ 9-2 ਸਾਲ ਅੰਦਾ ਸੀ ਨਿੱਕਾ ਜੱ ਬਲੂਰਾ ਸੁੱਖਾਂ ਸੁਖਦੇ ਮੈਨੂੰ ਤਾਂ ਆ ਦਿਨ ਆਏ ਨੇ ਧੀਏ ਤੂੰ ਆ ਗਈ ਤਾਂ ਉਵੇਂ ਜਿਵੇਂ ਰੰਗ ਭਗ ਲੱਗੇ ਬਸ ਸਿਆਣੀ ਬਣ ਉਹ ਬੁੜੇ ਦੀਆਂ ਗੱਲਾਂ ਸੁਣਦੀ ਪਰ ਕੋਈ ਜਵਾਬ ਨ ਦੇਂਦੀ। ਬੁੜੇ ਦੀ ਗੱਲ ਵਿਚਾਲੇ ਹੀ ਹੁੰਦੀ ਕਿ ਉਹਨੇ ਸੂਣਦੇ ਮੱਠੇ ਨਾਲ ਕੰਧ ਠੋਕਰਨ ਲੱਪਕ ਪੈਂਦੀ। ਬੁੜਾ ਆਪਣੇ ਆਪ ਹੀ ਚੁੱਪ ਕਰ ਜਾਂਦਾ ਤੇ ਵਖਰੂ ਵਖਰੂ ਕਰਨ ਲੱਗਦਾ। ਇੱਕ ਦਿਨ ਹਰਨਾਮੀ ਬਾਹਰਲੇ ਘਰੋਂ ਪਾਥੀਆਂ ਦਾ ਟੋਕਰਾ ਲੈਣ ਗਈ ਤੇ ਦੋ ਘੰਟੇ ਨਾ ਬੁੜੀ। ਬੁੜੇ ਨੇ ਥੋੜਾ ਜਿਆਦਾ ਤਤਤਾ ਕੇ ਪੁੱਛੇ ਐਨਾ ਚਿਰ ਲਾਤਾ ਲਾਤਾ ਭਾਈ ਕਿੱਥੇ ਰਹੀ ਤੂੰ? ਉਹਨੇ ਪਾਥੀਆਂ ਹਾਰੇ ਮੂਰੇ ਸੁੱਟੀਆਂ ਤੇ ਪੀੜੀ ਉੱਤੇ ਬੈਠ ਬੁੜੇ ਦੀ ਪਿੱਠ ਦੀ ਜੋਰ-ਜੋਰ ਇੱਕ ਲੱਤ ਟਕਾ ਕੇ ਦਿੱਤੀ ਤੂੰ ਦੱਸ ਮੇਰੀਆਂ ਕੀ ਰਾਖੀਆਂ ਕਰੇਂਗਾ ਪਲੇਗ ਪੈਣਿਆ ਸਵੇਚ ਲੱਤਾਂ ਨੇ ਤੇਰੀਆਂ ਖਬਰਦਾਰ ਜੇ ਮੈਨੂੰ ਆਖੀ ਐ ਕੋਈ ਗੱਲ ਸੰਗੀ ਘੁੱਟ ਕੇ ਮਾਰ ਦੂੰ ਬੁੜਾ ਘੁੱਟ ਵੱਟ ਕੇ ਰਹਿ ਗਿਆ ਗਿੱਧਰ ਉਸ ਦਿਨ ਸਵੇਰ ਦਾ ਰਾਮਪੁਰੇ ਗਿਆ ਹੋਇਆ ਹਾਲੇ ਤੱਕ ਮੁੜੇ ਹੀ ਨਹੀਂ ਸੀ ਬੁੜੇ ਨੇ ਪੁੱਤੇ ਕੋਲ ਚੋਂ ਵੀ ਨਹੀਂ ਸੀ ਕੀਤੀ ਬਹੁ ਸ਼ੇਰ ਬਣ ਬੈਠੀ ਬੁੜੇ ਦੀ ਹੁਣ ਉਹਨੂੰ ਕੋਈ ਪਰਵਾਹ ਨਹੀਂ ਸੀ ਗਿੰਦਰ ਨੇ ਉਹਨੂੰ ਆਪਣੇ ਪਿਆਰ ਜਾਲ ਵਿੱਚ ਭਲੋ ਕੇ ਰੱਖ ਦਿੱਤੀ ਸੀ ਉਹਦੇ ਨਾਲ ਮੋਮੋ ਠਗੜੀਆਂ ਮਾਰਦੀ ਰੈਂਦੀ ਉਹਨੂੰ 4 ਸਾਲ ਵਿਆਹੀ ਆਈ ਨੂੰ ਹੋ ਚੁੱਕੇ ਸੀ ਅਜੇ ਤੱਕ ਨਿਆਣਾ ਨੇਕਾ ਕੋਈ ਨਹੀਂ ਸੀ ਹੋਇਆ ਗਿੰਦਰ ਨੇ ਵੀ ਕਦੇ ਪਰਵਾਹ ਨਹੀਂ ਕੀਤੀ ਸੀ ਬੱਚੇ ਵਰਗੀ ਨਹਿਮਤ ਹਰਨਾਮੀ ਨੂੰ ਤਾਂ ਜਾਤ ਚਿੱਤ ਹੀ ਨਹੀਂ ਸੀ ਕਹਿਰ ਸਿੰਘ ਇਸ ਵਾਰ ਕਰਕੇ ਬਹੁਤ ਚੁਰਦਾ ਬੱਤੀ ਨਾਲ 32 ਲੱਖ ਦੀ ਦੇਖ ਕੇ ਉਹਨੂੰ ਦੁਨੀਆ ਹਨੇਰੇ ਚ ਆਪ ਦੀ ਕਿੰਦਰ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਹੜੀਆਂ ਕਿਹੜੀਆਂ ਤੀਵੀਆਂ ਨਾਲ ਮੇਲੇ ਗਈ ਸੀ ਅਖੀਰ ਉਹਨੇ ਲੇਪਣ ਆਇਆ ਜ਼ਰੂਰ ਉਹ ਗਵਾਂਡੀਆਂ ਦੀ ਬਹੂ ਆਨੰਦ ਕੁਰ ਨਾਲ ਗਈ ਹੋਵੇਗੀ ਉਹਦੇ ਕੋਲ ਹੀ ਬਹੁਤਾ ਉੱਠਦੀ ਬਹਿੰਦੀ ਹੈ ਕਿੰਦਰ ਬਾਪੂ ਨੂੰ ਦੱਸੇ ਬਿਨਾਂ ਹੀ ਘਰੋਂ ਬਾ ਹੋ ਗਿਆ ਤੇ ਗਵਾਂਡੀਆਂ ਘਰ ਜਾ ਕੇ ਪੁੱਛਣ ਲੱਗਾ ਵੇੜੇ ਵਿੱਚ ਬੈਠੇ ਚਾਰ ਜਣੇ ਘਰ ਦੀ ਕੱਢੀ ਦਾਰੂ ਪੀ ਰਹੇ ਸਹਾੜਾ ਲਾ ਕੇ ਅੰਬ ਦੇ achar ਦੀਆਂ ਫਾੜੀਆਂ ਚੂਸਣ ਲੱਗਦੇ ਤੇ ਮੇਲੇ ਦੀਆਂ ਗੱਲਾਂ ਕਰਦੇ ਕਿਸੇ ਨੂੰ ਗਾਲਾਂ ਕੱਢਦੇ ਤੇ ਕਿਸੇ ਦੀ ਤਾਰੀਫ਼ ਕਰਦੇ ਤਾਰੀਫ਼ ਵੀ ਗਾਲ ਕੱਢ ਕੇ ਹੀ ਕਰਦੇ ਭੈਣ ਦੇਣੇ ਦੇਆ ਦਰਿਆ ਦਿਲ ਬਹੁਤ ਐ ਮਾੜਾ ਜਾਖਿਆ ਝੱਟ ਫੜ ਲਿਆ ਠੇਕੇ ਦੀ ਬੋਤਲ ਪੱਕਾ ਮਾਂ ਜਾਵੇ ਯਾਰਾਂ ਦਾ ਯਾਰ ਐ ਪੂਰਾ ਗਿੰਦਰ ਨੂੰ ਦੇਖ ਕੇ ਉਹ ਮੱਛ ਰੁੱਟੇ ਆਹ ਭਾਈ ਭਾਈ ਜਗENDER ਸਿਆ ਕੀ ਹਾਲ ਨੇ ਜੋਟੀ ਦਾ ਰਾ ਬਹਿ ਜਾ ਲਾਲਾ ਇੱਕ ਚੰਗਿਆੜੇ ਚੰਗਿਆੜ ਦਾ ਬਸ ਪੀਂਦੇ ਹੀ ਆਏ ਤੁਸੀਂ ਕਰੋ ਐਸ਼ਾਂ ਮੈਂ ਤਾਂ ਤਾਈ ਕੋਲ ਆਇਆ ਹਾਂ ਕੰਮ ਐ ਇੱਕ ਗਿੰਦਰ ਨੇ ਆਪਣੀ ਛਾਤੀ ਵਿੱਚ ਬਲਦੇ ਗੋਹੇ ਦਾ ਧੂਆਂ ਬਾਹਰ ਨਿਆ ਨਿਕਲ ਦਿੱਤਾ ਤੇਰੀ ਇੱਛਾ ਹੈ ਲਾਣੇਦਾਰਾ ਇੱਕ ਜਣੇ ਨੇ ਸਿਰ ਕਮਾਇਆ ਤੇ ਫਿਰ ਉਹ ਮੇਲੇ ਵਿੱਚ ਜਾ ਬੜੇ ਪਰੇ ਛੱਤ ਨੇ ਥੱਲੇ ਚੁੱਲੇ ਕੋਲ ਬੈਠੀ ਤੋੜੀ ਵਿਚਾਲਾ ਦਿਨ ਦਾ ਦੁੱਧ ਵਧਾਉਂਦੀ ਤਾਈ ਕੋਲ ਚੁੱਪ ਕਰਕੇ ਬੈਠਾ ਤੇ ਉਹਦੇ ਕੰਨ ਕੋਲ ਮੂੰਹ ਕਰਕੇ ਪੁੱਛ ਲਗਿਆ ਤਾਈ ਭਲਾ ਨਾ ਨੰਦਕੁਰ ਆਪਣੀ ਗਈ ਸੀ ਮੇਲੇ ਆਹੋ ਦੱਸ ਇਹਨੂੰ ਹੌਲੀ ਦੇ ਕੇ ਉਰਾ ਬੁਲਾ ਕੇ ਪੁੱਛ ਕਾ ਭਲਾ ਇਹਦੇ ਨਾਲ ਸਾਡੀ ਵਾਲੀ ਵੀ ਸੀ ਤਾਈ ਦੀ ਨੂੰ ਮਿਹਨਤਾਰ ਕੱਢ ਕੇ ਹਟੇ ਹੀ ਸੀ ਤੇ ਹੁਣ ਕਟਨੂ ਨੂੰ ਚੰਗਾ ਰਹੀ ਸੀ ਦੁੱਧ ਦੀ ਬਾਲਟੀ ਲੈ ਕੇ ਛਤਣੇ ਥੱਲੇ ਆਈ ਤਾਂ ਸੱਸ ਨੇ ਸਹੰਤ ਨਾਲ ਉਹਨੂੰ ਕੋਲ ਬਿਠਾ ਲਿਆ ਪੁੱਛਿਆ ਕੁੜੇ ਬਹੂ ਹਰਨਾਨੀ ਜਾਣੋਂ ਤੁਹਾਡੇ ਨਾਲ ਗਈ ਸੀ ਹਾਂ ਮਾਂ ਜੀ ਸਾਡੇ ਨਾਲ ਹੀ ਗਈ ਸੀ ਉਹ ਕਿਉਂ ਕੀ ਗੱਲ ਨੂੰ ਨੇ ਫਿਕਰ ਕੀਤਾ ਤੁਹਾਡੇ ਨਾਲ ਨਹੀਂ ਮੁੜੀ ਫੇਰ ਸੱਸ ਨੇ ਅਗਲਾ ਸਵਾਲ ਕੀਤਾ ਗਿੰਦਰ ਦਾ ਸਾਰਾ ਸਰੀਰ ਕੰਨ ਬਣ ਕੇ ਪੱਪਾਂ ਭਾਰ ਬੈਠਾ ਹੋਇਆ ਸੀ ਉੱਥੇ ਬਾਬੇ ਦਾ ਮੱਥਾ ਟੇਕਣ ਸਾਡੇ ਨਾਲ ਗਏ ਸੀ ਮੇਲੇ 'ਚ ਅਸੀਂ ਚੂੜੀਆਂ ਵੀ ਚੜਾਈਆਂ ਨੂੰ ਪੱਟ ਪੁੱਟ ਕੇ ਬੋਲ ਕੇ ਦੱਸ ਰਹੀ ਸੀ ਹੌਲੀ ਬੋਲ ਬਹਿ ਕੇ ਦਸ ਸਮਾਰਖੇ ਸੱਸ ਨੇ ਟੋਕਿਆ ਉਤੋਂ ਫੇਰ ਸਿਆਮੋ ਤੇ ਉਹ ਪਤਾ ਨਹੀਂ ਕਦੋਂ ਸਾਡੇ ਨਾਲ ਨਿਕੜ ਗਈਆਂ ਫੇਰ ਨਹੀਂ ਪਤਾ ਭਾਈ ਮੋੜਨ ਵੇੜੇ ਨਾ ਸਾਡੇ ਨਾਲ ਸਿਆਮੋ ਨਾ ਹਰਨਾਮੀ ਨੂੰ ਨੇ ਸਾਰ ਖਰੀ ਆਖ ਦਿੱਤਾ ਸਿਆਮੋ ਭਲਾਂ ਪ੍ਰਤਾਪੇ ਕੀ ਸਿਆਮੋ ਗਿੰਦਰ ਦਾ ਮੱਥਾ ਠਣਕਿਆ ਹਾਂ ਘੁੰਡ ਵਿੱਚ ਹੀ ਨੂੰ ਨੇ ਸਿਰ ਹਲਾਇਆ ਕਿੱਧਰ ਤੇ ਪੱਬਾਂ ਥੱਲੇ ਜਿਵੇਂ ਅੱਗ ਮੱਚ ਪਈ ਹੋਵੇ ਫੇਰ ਤਾਂ ਸਰ ਗਿਆ ਗਿੰਦਰ ਮਨ ਵਿੱਚ ਹੀ ਕੁੜੀਆਂ ਤੇ ਤਾਈ ਕੋਲ ਬੈਠਾ ਉੱਠ ਕੇਦਾ ਬਾਸਟ ਉਹਨਾਂ ਦੇ ਘਰੋਂ ਬਾਹਰ ਹੋ ਗਿਆ ਨੂੰਹ ਸੱਸ ਕਿੰਨਾ ਹੀ ਚਿਰਕੋਸਰ ਮੁਸਰਕਾਦੀਆਂ ਰਹੀਆਂ ਸ਼ਰਾਪੀਆਂ ਵਿੱਚੋਂ ਇੱਕ ਬੋਲ ਗੜ ਗਿਆ ਬੇਬੇ ਲਿਆ ਪਾ ਕੇ ਬਣ ਗਿਆ ਹੁਣੇ ਕੀ ਕਰੀ ਜਾਨੀਓ ਨਾਲ ਦੀ ਨਾਲ